ਸਤਿ ਸ਼੍ਰੀ ਅਕਾਲ ਦੋਸਤੋ ਅੱਗੇ ਪੜ੍ਹਦੇ ਹਾਂ ਜੀ ਅੱਜ ਆਪਾਂ ਪੜ੍ਹਾਂਗੇ ਜੀ ਸੈਡੀਮੈਂਟਰੀ ਸਾਈਕਲ ਸੈਡੀਮੈਂਟਰੀ ਚੱਕਰ ਜਿਹਦੇ ਵਿੱਚ ਜਿਹੜਾ ਭੰਡਾਰ ਆ ਉਹ ਭੰਡਾਰ ਜਿਹੜਾ ਸਾਡਾ ਐਲੀਮੈਂਟਾਂ ਨਿਊਟ੍ਰੀਐਂਟਾਂ ਉਹਦਾ ਭੰਡਾਰ ਜ਼ਿਆਦਾਤਰ ਸੈਡੀਮੈਂਟਸ ਵਿੱਚ ਹੁੰਦਾ ਆ ਚਟਾਨਾਂ ਵਿੱਚ ਹੁੰਦਾ ਆ ਇਹ ਹੋ ਗਿਆ ਜੀ ਸੈਡੀਮੈਂਟਰੀ ਸਾਈਕਲ ਇਸ ਤੋਂ ਪਹਿਲਾਂ ਆਪਾਂ ਕਿਹੜੇ ਬਾਰੇ ਸੀ ਜੀ ਗੈਸੀਅਸ ਸਾਈਕਲ ਹੁਣ ਆ ਜੀ ਸੈਡੀਮੈਂਟਰੀ ਸਾਈਕਲ ਇਹਦੇ ਵਿੱਚ ਅਸੀਂ ਦੋ ਸਾਈਕਲ ਮੇਨ ਪੜਾਂਗੇ ਫਾਸਫੋਰਸ ਦੇਖ ਲਓ ਜੀ ਫਾਸਫੋਰਸ ਵਾਲਾ ਚੱਕਰ ਤੇ ਸਲਫਰ ਵਾਲਾ ਚੱਕਰ ਇਹ ਦੋਹਾਂ ਦਾ ਪੈਟਰਨ ਲਗਭਗ ਸੇਮ ਜਿਹਾ ਹੀ ਹੈ ਪੜ ਲੈਣੇ ਆ ਜੀ ਹੌਲੀ ਹੌਲੀ ਦੇਖੋ ਫਾਸਫੋਰਸ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਗੈਰਾ ਇਹ ਤਲਛਟ ਚੱਕਰ ਦੁਆਰਾ ਸੰਚਾਰਿਤ ਹੁੰਦੇ ਆ ਇਹਨਾਂ ਦਾ ਚੱਕਰ ਕਿਹੜਾ ਜੀ ਸੈਡੀਮੈਂਟਰੀ ਪੰਜਾਬੀ ਵਿੱਚ ਤਲਛਟ ਯਾਦ ਰਹਿ ਗਿਆ ਠੀਕ ਆ ਨੇਕਾ ਤੁਸੀਂ ਸੈਡੀਮੈਂਟਰੀ ਵੀ ਲਿਖ ਸਕਦੇ ਆ ਪਹਿਲਾਂ ਪੜ੍ਹਦੇ ਆ ਜੀ ਫਾਸਫੋਰਸ ਚੱਕਰ ਫਾਸਫੋਰਸ ਦਾ ਸਾਈਕਲ ਇਹ ਇਥੋਂ ਦੇਖਦੇ ਆ ਜੀ ਪਹਿਲਾ ਦੇਖ ਲੀ ਆ ਦੇਖੋ ਬੇਸਿਕਲੀ ਜਿਹੜਾ ਰੌਕ ਬੈਡ ਆ ਉਹਦੇ ਵਿੱਚ ਹੁੰਦਾ ਫਾਸਫੋਰਸ ਤੇ ਜਦੋਂ ਥੱਲੋਂ ਦੋ ਪਲੇਟਾਂ ਟਕਰਾ ਕੇ ਪਹਾੜ ਬਣਦਾ ਪਹਾੜ ਬਣਦਾ ਤਾਂ ਇਹ ਚਟਾਨਾਂ ਵਿੱਚ ਆ ਗਿਆ ਜੀ ਪਹਾੜਾਂ ਵਿੱਚ ਆ ਗਿਆ ਉੱਪਰ ਇਹ ਚਟਾਨਾਂ ਉੱਪਰ ਆ ਗਈਆਂ ਤੇ ਪਹਾੜਾਂ ਵਿੱਚ ਫਾਸਫੋਰਸ ਹੈਗਾ ਜੀ ਹੌਲੀ ਹੌਲੀ ਇਹ ਚਟਾਨਾਂ ਦਾ ਵੈਦਰਿੰਗ ਹੁੰਦੀ ਹੈ ਜੀ ਵੈਦਰਿੰਗ ਹੁੰਦਾ ਚਟਾਨਾਂ ਦੀ ਟੁੱਟ ਪੱਜ ਟੁੱਟ ਪੱਜ ਹੋਣਾ ਈਰੋਜਨ ਹੁੰਦਾ ਪਾਣੀ ਦੁਆਰਾ ਹਵਾ ਦੁਆਰਾ ਤੇ ਇਹਨਾਂ ਵਿੱਚਲਾ ਜਿਹੜਾ ਫਾਸਫੋਰਸ ਆ ਉਹ ਸਿਸਟਮ ਵਿੱਚ ਆ ਜਾਂਦਾ ਵੈਦਰਿੰਗ ਆਫ ਰੌਕ ਹੋਈ ਰੌਕ ਟੁੱਟ ਗਈ ਜੀ ਆ ਚਟਾਨਾਂ ਪਹਾੜ ਛੁੱਟ ਗਏ ਤਾਂ ਬਾਹਰ ਆ ਗਿਆ ਫਾਸਫੋਰਸ ਤਾਂ ਫਿਰ ਇਹ ਹੀ ਪਾਣੀ ਨਾਲ ਵਹਿ ਕੇ ਨਦੀਆਂ ਵਿੱਚ ਚਲ ਜਾਂਦਾ ਜੀ ਮਿੱਟੀ ਵਿੱਚ ਚਲ ਜਾਂਦਾ ਠੀਕ ਇੱਥੋਂ ਫਿਰ ਪਾਣੀ ਨਾਲ ਹੀ ਵਹਿ ਕੇ ਨਦੀਆਂ ਰਾਹੀਂ ਵਹਿ ਕੇ ਇੱਥੇ ਕੋਈ ਸਮੁੰਦਰ ਆ ਕੋਈ ਤਲਾਆ ਆ ਕੋਈ ਝੀਲ ਆ ਉਹਦੇ ਵਿੱਚ ਲੱਗਿਆ ਜਾਂ ਇਹ ਧਰਤੀ ਦੇ ਵਿੱਚ ਸਮਾ ਗਿਆ ਓਕੇ ਜੀ ਹੁਣ ਜਿਹੜਾ ਧਰਤੀ ਦੇ ਅੰਦਰਲਾ ਫਾਸਫੋਰਸ ਆ ਉਹਨੂੰ ਇੱਥੇ ਨਿਊਟ੍ਰੀਸ਼ਨ ਕਿਨ ਲਿਆ ਜੀ ਪੌਦਿਆਂ ਨੇ ਪੌਦਿਆਂ ਦੀ ਜੜ੍ਹਾਂ ਨੇ ਉਹਨੂੰ ਖਾਧਾ ਤੇ ਪੌਦਿਆਂ ਨੂੰ ਖਾਧਾ ਹਰਬੀਵੋਰਸ ਨੇ ਤਾਂ ਪੌਦਿਆਂ ਰਾਹੀਂ ਹਰਬੀਵੋਰਸ ਵਿੱਚ ਵੀ ਫਾਸਫੋਰਸ ਆ ਗਿਆ ਜੀ ਤੇ ਜਦੋਂ ਐਨੀਮਲਸ ਜਾਂ ਪੌਦੇ ਇਹ ਮਰਨਗੇ ਤਾਂ ਇਹਨਾਂ ਦੇ ਸਰੀਰ ਵਿੱਚਲਾ ਜਿਹੜਾ ਫਾਸਫੋਰਸ ਆ ਉਹ ਬਾਹਰ ਆ ਜਾਏਗਾ ਜੀ ਸਿਸਟਮ ਵਿੱਚ ਫਿਰ ਆ ਜਾਏਗਾ ਕਿਉਂਕਿ ਇਹਨਾਂ ਦੇ ਸਰੀਰ ਦਾ ਜਦੋਂ ਵਿਗਟਨ ਹੋਏਗਾ ਤਾਂ ਫਿਰ ਉਹ ਸਿਸਟਮ ਵਿੱਚ ਸੋਇਲ ਵਿੱਚ ਆ ਗਿਆ ਠੀਕ ਤੇ ਫਿਰ ਇਹ ਇਹ ਫਿਰ ਸੋਇਲ ਤੋਂ ਫਿਰ ਪੌਦੇ ਲੈ ਸਕਦੇ ਜੀ ਇਹਨੂੰ ਜਾਂ ਫਿਰ ਪਾਣੀ ਨਾਲ ਹੀ ਰਿਸ ਰਿਸ ਕੇ ਰਿਸ ਰਿਸ ਕੇ ਅੰਡਗਰਾਉਂਡ ਵਾਟਰ ਰਾਹੀਂ ਹੌਲੀ-ਹੌਲੀ ਕਿਸੇ ਹੋਰ ਵਾਟਰ ਬੋਡੀ ਵਿੱਚ ਪਹੁੰਚ ਗਿਆ ਇਸ ਤਰ੍ਹਾਂ ਇੱਕ ਸਰਕਲ ਜਾਂ ਚੱਲਦਾ ਜੀ ਇਹ ਮੈਨ ਮੈਨ ਅਸੀਂ ਹੁਣ ਪੜਿਆ ਵੀ ਇੱਥੋਂ ਚੱਲਿਆ ਉੱਪਰ ਆਇਆ ਵੈਦਰਿੰਗ ਹੋਈ ਪਾਣੀ ਨਹੀਂ ਫਿਰ ਸਮੁੰਦਰ ਵਗੈਰਾ ਵਿੱਚ ਲੱਗ ਗਿਆ ਫਿਰ ਥੱਲੇ ਸਮਾ ਗਿਆ ਜਾਂ ਪੌਦਿਆਂ ਦੀਆਂ ਜੜ੍ਹਾਂ ਨੇ ਲਿਆ ਪੌਦਿਆਂ ਨੂੰ ਖਾਧਾ ਹਰਬੀਵੋਰਸ ਨੇ ਠੀਕ ਤੇ ਜਾਂ ਇਹਨਾਂ ਪੌਦਿਆਂ ਨੂੰ ਅਸੀਂ ਖਾਧਾ ਜੀ ਸਾਡੇ ਵਿੱਚ ਵੀ ਫਾਸਫੋਰਸ ਆ ਗਿਆ ਜੀ ਤੇ ਫਿਰ ਜਦੋਂ ਇਹ ਪੌਦੇ ਜਾਂ ਇਹ ਜਾਨਵਰ ਮਰੇ ਤਾਂ ਇਹਨਾਂ ਦੇ ਸਰੀਰ ਦਾ ਫਾਸਫੋਰਸ ਮਿੱਟੀ ਵਿੱਚ ਦੁਬਾਰਾ ਚਲਾ ਗਿਆ ਇਹ ਮੋਟਾ ਮੋਟਾ ਸਾਈਕਲ ਆ ਆਪਾਂ ਜ਼ਿਆਦਾ ਡੀਪ ਨਹੀਂ ਜਾਣਾ ਜ਼ਿਆਦਾ ਇਹ ਆ ਜਿਹੜੀ ਟਰਮੀਨੋਲੋਜੀ ਦਾ ਨਾ ਇਨオーਰਗੈਨਿਕ ਆਰਗੈਨਿਕ ਇਹਨਾਂ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਮੇਨ ਮੇਨ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਈਕਲ ਇਸ ਤਰ੍ਹਾਂ ਚੱਲਦਾ ਚੱਕਰ ਇਸ ਤਰ੍ਹਾਂ ਚੱਲਦਾ ਹੁਣ ਆਪਾਂ ਥੋੜਾ ਥੋੜਾ ਪੜ ਲੈਂਦੇ ਆ ਜੀ ਦੇਖੋ ਜੀ ਫਾਸਫੋਰਸ ਚੱਕਰ ਫਾਸਫੋਰਸ ਜਿਹੜਾ ਫਾਸਫੋਰਸ ਆ ਉਹ ਫਾਸ ਫੇਟ ਚਟਾਨਾਂ ਵਿੱਚ ਇੱਕ ਮਿਨਰਲ ਇੱਕ ਖਣਿਜ ਦੇ ਰੂਪ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਤੇ ਜਦੋਂ ਇਹਨਾਂ ਚਟਾਨਾਂ ਦੀ ਕਟੌਤੀ ਹੁੰਦੀ ਹੈ ਇਰੋਜਨ ਹੁੰਦਾ ਆ ਹਵਾ ਦੁਆਰਾ ਪਾਣੀ ਦੁਆਰਾ ਜਾਂ ਅਸੀਂ ਮਾਈਨਿੰਗ ਕਰਦੇ ਆ ਇਹਨਾਂ ਵਿੱਚੋਂ ਖੜੇਜ ਕਰਦੇ ਆ ਚਟਾਨਾਂ ਵਿੱਚੋਂ ਤੇ ਇਸ ਗਤੀਵਿਧੀਆਂ ਦੁਆਰਾ ਇੱਕ ਫਿਰ ਸਾਈਕਲ ਵਿੱਚ ਆ ਜਾਂਦਾ ਜੀ ਬਾਹਰ ਆ ਜਾਂਦਾ ਫਾਸਫੋਰਸ ਆ ਗਿਆ ਜੀ ਓਕੇ ਹੁਣ ਜੀ ਇੱਕ ਗੱਲ ਆ ਯਾਦ ਰੱਖਿਓ ਜੇ ਪਾਣੀ ਵਿੱਚ ਫਾਸਫੋਰਸ ਜ਼ਿਆਦਾ ਆ ਅਪਲਾਈਨ ਪੜਦੇ ਆ ਫਾਸਫੋਰਸ ਨੂੰ ਝੀਲਾਂ ਵਿੱਚ ਸੂਖਮ ਪੌਦਿਆਂ ਮਾਈਕਰੋਸਕੋਪਿਕ ਪਲਾਂਟਸ ਦੇ ਬਹੁਤ ਜ਼ਿਆਦਾ ਵਾਧੇ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਇਹ ਪ੍ਰਸ਼ਨ ਆ ਸਕਦਾ ਕਿਸੇ ਝੀਲ ਵਿੱਚ ਜੇ ਮਾਈਕਰੋਸਕੋਪਿਕ ਪਲਾਂਟਸ ਬਹੁਤ ਜ਼ਿਆਦਾ ਹੋ ਗਏ ਆ ਸੂਖਮ ਪੌਦੇ ਬਹੁਤ ਜ਼ਿਆਦਾ ਵੱਧ ਗਏ ਆ ਇਹਦਾ ਮਤਲਬ ਉਸ ਵਿੱਚ ਫਾਸਫੋਰਸ ਜ਼ਿਆਦਾ ਆ ਇਹ ਬਟਰ ਪੁਆਇੰਟ ਆ ਜੀ ਅੱਛਾ ਹੋਰ ਦੇਖੋ ਚਟਾਨਾਂ ਤੋਂ ਜਿਹੜਾ ਫਾਸਫੋਰਸ ਆ ਉਹ ਵੈਦਰਿੰਗ ਦੁਆਰਾ ਅਤੇ ਇਲੂਜਨ ਦੀ ਪ੍ਰਕਿਰਿਆ ਦੁਆਰਾ ਨਦੀਆਂ ਅਤੇ ਨਾਲਿਆਂ ਵਿੱਚ ਦਾਖਲ ਹੁੰਦਾ ਹੈ ਜੋ ਫਿਰ ਬਹਿ ਕੇ ਸਮੁੰਦਰ ਵਿੱਚ ਚਲਾ ਜਾਂਦਾ ਹੈ ਇੱਥੇ ਫਾਸਫੋਰਸ ਸਮੁੰਦਰ ਦੀਆਂ ਜਿਹੜੀਆਂ ਕੰਟੀਨੈਂਟਲ ਸ਼ੈਲਫ ਹੁੰਦੀਆਂ ਆ ਸਥਾ ਹੁੰਦੀਆਂ ਉੱਥੇ ਇਕੱਠਾ ਹੋ ਜਾਂਦਾ ਹੈ ਲੱਖਾਂ ਸਾਲਾਂ ਬਾਅਦ ਹੁਣ ਦੇਖੋ ਥੱਲੇ ਚੱਲ ਗਿਆ ਨਾ ਸਮੁੰਦਰ ਦੇ ਥੱਲੇ ਚਲਾ ਗਿਆ ਕੰਟੀਨੈਂਟਲ ਸ਼ੈਲਫ ਤੇ ਚਲਾ ਗਿਆ ਤੇ ਉੱਥੋਂ ਫਿਰ ਦੁਬਾਰਾ ਸਿਸਟਮ ਵਿੱਚ ਆਉਣ ਲਈ ਕਾਫੀ ਟਾਈਮ ਲੱਗਦਾ ਲੱਖਾਂ ਸਾਲਾਂ ਬਾਅਦ ਫਾਸਫੋਰਸ ਸਮੁੰਦਰ ਦੇ ਤਲ ਤੋਂ ਕ੍ਰਿਸਟਲ ਪਲੇਟਾਂ ਦੇ ਉਭਾਰ ਦੁਆਰਾ ਜ਼ਮੀਨ ਤੇ ਪ੍ਰਗਟ ਹੁੰਦੇ ਹਨ ਆ ਦੇਖੋ ਆ ਸਮੁੰਦਰ ਦੀ ਸਤਹ 'ਇੱਥੇ ਇੱਕ ਪਲੇਟ ਆ ਇੱਥੇ ਮੰਨ ਲਓ ਫਾਸਪੋਰਸ पे ਆਇਆ ਪਿਆ ਜੀ ਇੱਕ ਇਧਰਲੀ ਪਲੇਟ ਆ ਹੁਣ ਇਹ ਦੋਨੋਂ ਪਲੇਟਾਂ ਜਦੋਂ ਆਪਸ ਵਿੱਚ ਟਕਰਾਉਗੀਆਂ ਤੇ ਇਦਾਂ ਉੱਪਰ ਨੂੰ ਆਉਗੀਆਂ ਜੀ ਪਹਾੜ ਬਣ ਜਾਂਦੇ ਆ ਤੇ ਇਹ ਜਿਹੜਾ ਫਾਸਪੋਰਸ ਥੱਲੇ ਪਿਆ ਸੀ ਉਹ ਵੀ ਇੰਨਾ ਨਾਲ ਉੱਪਰ ਆ ਜਾਂਦਾ ਆ ਓਕੇ ਇਸ ਤੋਂ ਬਾਅਦ ਵੈਦਰਿੰਗ ਦੁਆਰਾ ਜਾਂ ਇਰੋਜਨ ਦੁਆਰਾ ਉਹ ਚਟਾਨਾਂ ਤੋਂ ਬਾਹਰ ਆ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਅਤੇ ਚੱਕਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਓਕੇ ਅਗਲਾ ਸਾਈਕਲ ਹੈ ਜੀ ਸਲਫਰ ਦਾ ਸਾਈਕਲ ਸਲਫਰ ਦਾ ਚੱਕਰ ਸਲਫਰ ਨੂੰ ਪੰਜਾਬੀ ਵਿੱਚ ਕਹਿੰਦੇ ਆ ਜੀ ਗੰਧਕ ਤੇ ਗੰਧਕ ਦਾ ਭੰਡਾਰ ਰਿਜ਼ਰਵਾਇ ਕਿਹੜਾ ਜੀ ਸੋਇਲ ਆ ਜਿਆਦਾਤਰ ਮਿੱਟੀ ਤੇ ਸੈਡੀਮੈਂਟ ਵਿੱਚ ਹੁੰਦਾ ਜੀ ਸੈਡੀਮੈਂਟ ਜਿਹਦਾ ਸਾਡੇ ਫੋਸਿਲ ਫਿਊਲ ਆ ਕੋਲਾ ਆ ਉਹਦੇ ਵਿੱਚ ਵੀ ਕਾਫੀ ਸਲਫਰ ਹੁੰਦਾ ਆ ਸੋਇਲ ਵਿੱਚ ਤੇ ਸੈਡੀਮੈਂਟਸ ਵਿੱਚ ਜੇ ਤਲਛਟ ਅੰਗਰੇਜ਼ੀ ਚ ਕਹ ਲਈ ਪੰਜਾਬੀ ਚ ਤਲਛਟ ਕਹ ਦਿੰਦੇ ਆ ਅੰਗਰੇਜ਼ੀ ਚ ਸੈਡੀਮੈਂਟਸ ਜਿਹਦਾ ਕੋਲਾ ਹੋ ਗਿਆ ਉਹਦੇ ਵਿੱਚ ਵੀ ਕਾਫੀ ਸਲਫਰ ਹੁੰਦਾ ਤੇ ਕੋਲੇ ਨੂੰ ਜਦੋਂ ਤੁਸੀਂ ਜਲਾਉਂਗੇ ਤਾਂ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਆ ਇੱਕ ਨਾ ਕਨਸੈਪਟ ਪੜੀਏ ਪੀਟ ਕੀ ਹੁੰਦਾ ਪੀਟ ਪੀਟ ਇੱਕ ਨਰਮ ਕਾਲਾ ਜਾਂ ਪੂਰਾ ਕੁਦਰਤੀ ਪਦਾਰਥ ਹੁੰਦਾ ਹੈ ਜੋ ਕਿ ਠੰਡੇ ਗਿੱਲੇ ਸਥਾਨਾਂ ਵਿੱਚ ਅਜਿਹੇ ਸਥਾਨ ਜੋ ਥੋੜੇ ਠੰਡੇ ਆ ਪਾਣੀ ਹੈਗਾ ਜੀ ਉਦੇ ਉਹ ਸਥਾਨ ਤੇ ਜ਼ਮੀਨ ਦੀ ਸਤ੍ਹਾ ਦੇ ਬਿਲਕੁਲ ਹੇਠਾਂ ਮਰੇ ਹੋਏ ਪੌਦਿਆਂ ਤੋਂ ਬਣਦਾ ਹੈ ਸਿੰਪਲੀ ਕਹਿ ਦਈਏ ਕਿ ਜਦੋਂ ਮੌਰੇ ਮਰੇ ਹੋਏ ਪੌਦੇ ਵਗੈਰਾ ਲੱਕੜੀਆਂ ਵਗੈਰਾ ਉਹਨਾਂ ਦੀਆਂ ਪੌਦਿਆਂ ਦੀਆਂ ਇਹ ਦੱਬ ਜਾਂਦੀਆਂ ਮਿੱਟੀ ਥੱਲੇ ਉੱਤੇ ਹੈ ਜੇ ਪਾਣੀ ਜਾਂ ਸਿੰਪਲ ਕਹੇ ਤੇ ਕੋਈ ਝੀਲ ਆ ਝੀਲ ਦੀ ਸਤ੍ਹਾ ਤੇ ਦੱਬ ਗਈ ਜੀ ਇਹ ਆਪਣੇ ਪੌਦੇ ਪੌਦੇ ਦੀਆਂ ਲੱਕੜਾਂ ਸਿੰਪਲੀ ਕਹਿ ਟਾਹਣੀਆਂ ਵਗੈਰਾ ਜਾਂ ਪੌਦੇ ਮਰੇ ਹੋਏ ਪੌਦੇ ਦੱਬ ਗਏ ਜੀ ਝੀਲ ਥੱਲੇ ਤੇ ਹੈ ਠੰਡਾ ਆ ਇਲਾਕਾ ਠੰਡਾ ਇਹ ਲੱਕਾਇਆ ਤੇ ਪਾਣੀ ਵੀ ਹੈਗਾ ਜੀ ਉੱਥੇ ਉਹ ਗਿੱਲਾ ਆ ਇੱਥੇ ਫਿਰ ਇਹ ਬਹੁਤਾ ਜ਼ਿਆਦਾ ਛੜਦਾ ਨਹੀਂ ਇਹ ਇਹ ਜਿਹੜੇ ਪੌਦੇ ਆ ਮਰੇ ਹੋਏ ਜ਼ਿਆਦਾ ਨਹੀਂ ਛੜਦੇ ਤੇ ਹੌਲੀ-ਹੌਲੀ ਇੱਕ ਪਦਾਰਥ ਬਣ ਜਾਂਦਾ ਆ ਜਿਹਨੂੰ ਕਹਿੰਦੇ ਪੀਟ ਤੇ ਇਸ ਪੀਟ ਨੂੰ ਬਾਲਣ ਵਜੋਂ ਸਾੜਿਆ ਜਾ ਸਕਦਾ ਹੈ ਜਾਂ ਬੌਧਿਆਂ ਨੂੰ ਵਧੀਆ ਵਿਕਾਸ ਕਰਨ ਲਈ ਬੌਧਿਆਂ ਦੇ ਵਧੀਆ ਵਿਕਾਸ ਲਈ ਇਸ ਨੂੰ ਖੇਤਾਂ ਵਿੱਚ ਪਾਇਆ ਜਾ ਸਕਦਾ ਹੈ ਸਿੰਪਲੀ ਇੱਕ ਖਾਦ ਵੀ ਆ ਜੀ ਸਲਫਰ ਇੱਕ ਖਾਦ ਵੀ ਆ ਓਕੇ ਆ ਪੀਟ ਕੀ ਹੈ ਖਾਦ ਵੀ ਆ ਓਕੇ ਇਹ ਗੱਲ ਹੁਣ ਤੁਸੀਂ ਯਾਦ ਰੱਖਣੀ ਆ ਇੱਕ ਕਨਸੈਪਟ ਆ ਜੀ ਇਹ ਕੋਈ ਵੀ ਕਨਸੈਪਟ ਪੜਦੇ ਪੜਦੇ ਆ ਜਾਏ ਨਾ ਤੇ ਉਹਨੂੰ ਉਸੇ ਵੇਲੇ ਗੂਗਲ ਕਰਕੇ ਆਪਣੀ ਕਨਸੈਪਚੁਅਲ ਕਲੈਰਿਟੀ ਤੁਸੀਂ ਜਰੂਰ ਕਰਨੀ ਆ ਜੇ ਤੁਸੀਂ ਸਿਵਲ ਸਰਵਿਸ ਦੀ ਤਿਆਰੀ ਕਰਦੇ ਆ ਨਾ ਇਹ ਨਾ ਮੰਨ ਕੇ ਚੱਲਿਓ ਕਿ ਕਿਤਾਬਾਂ ਵਿੱਚ ਤੁਹਾਨੂੰ ਸਭ ਕੁਝ ਮਿਲੇਗਾ ਤੁਹਾਨੂੰ ਕੋਈ ਗੱਲ ਟਫ ਲੱਗਦੀ ਹੈ ਉਸ ਨੂੰ ਗੂਗਲ ਕਰਕੇ ਦੇਖਿਓ ਇਹ ਇੱਕ ਕਨਸੈਪਟ ਆਇਆ ਸੀ ਤਾਂ ਮੈਂ ਸਾਈਡ ਤੇ ਲਿਖ ਲਿਆ ਓਕੇ ਜੀ ਹੁਣ ਚਟਾਨਾ ਤੋਂ ਜਿਹੜਾ ਸਲਫਰ ਆ ਉਹ ਚਟਾਨਾਂ ਦੇ ਵੈਦਰਿੰਗ ਤੇ ਈਰੋਜਨ ਦੁਆਰਾ ਇੱਕ ਗੱਲ ਅਤੇ ਜੈਵਿਕ ਪਦਾਰਥ ਦੇ ਸੜਨ ਦੁਆਰਾ ਕਿਉਂਕਿ ਜੈਵਿਕ ਪਦਾਰਥਾਂ ਵਿੱਚ ਵੀ ਸਲਫਰ ਹੈ ਲਾਇਆ ਤੇ ਜਦੋਂ ਉਹ ਮਰ ਜਾਂਦੇ ਆ ਪੌਦੇ ਮਰ ਜਾਂਦੇ ਆ ਐਨੀਮਲਸ ਮਰ ਜਾਂਦੇ ਆ ਤਾਂ ਉਹਨਾਂ ਦੀ ਬਾਡੀ ਦਾ ਵਿਗਟਨ ਹੁੰਦਾ ਆ ਉਹਨਾਂ ਦੀ ਬਾਡੀ ਸੜਦੀ ਆ ਤੇ ਉਸ ਦੁਆਰਾ ਇਹ ਸਿਸਟਮ ਵਿੱਚ ਆ ਜਾਂਦਾ ਹੈ ਕਿ ਸਲਫਰ ਇਸ ਤੋਂ ਬਾਅਦ ਇਸ ਨੂੰ ਪਾਣੀ ਦੇ ਕੋਲ ਵਿੱਚ ਧਰਤੀ ਅਤੇ ਜਲ ਪ੍ਰਣਾਲੀਆਂ ਵਿੱਚੋਂ ਲਜਾਇਆ ਜਾਂਦਾ ਹੈ ਸਿੰਪਲੀ ਪਾਣੀ 'ਚ ਘੁਲ ਕੇ ਇਹ ਸੋਇਲ ਵਿੱਚ ਆ ਗਏ ਜਾਂ ਬਾਟਰ ਬਾਡੀਜ਼ ਬਾਟਰ ਬਾਡੀਜ਼ ਕਿਦਾਂ ਤਲਾਹ ਹੋ ਸਕਦੇ ਆ ਝੀਲਾਂ ਹੋ ਸਕਦੀਆਂ ਸਮੁੰਦਰ ਹੋ ਸਕਦਾ ਵਹਿ ਕੇ ਉੱਥੇ ਚਲਾ ਜਾਂਦਾ ਸਲਫਰ ਓਕੇ ਜੀ ਜ਼ਿਆਦਾਤਰ ਗੰਤਕ ਚੱਕਰ ਸਲਫਰ ਦਾ ਸਾਈਕਲ ਉਹ ਸੈਡੀਮੈਂਟਰੀ ਹੁੰਦਾ ਆ ਗੈਸ ਨਹੀਂ ਹੁੰਦਾ ਪਰ ਪਰ ਦੋ ਕੰਪੋਨੈਂਟ ਸਲਫਰ ਦੇ ਇਦਾਂ ਦੇ ਆ ਕਿਹੜੇ-ਕਿਹੜੇ ਹਾਈਡਰੋਜਨ ਸਲਫਾਈਡ ਅਤੇ ਸਲਫਰ ਡਾਈਆਕਸਾਈਡ ਉਹ ਗੈਸ ਆ ਜੀ ਇਹ ਗੈਸ ਆ ਠੀਕ ਹੈ ਜੀ ਗੰਧਕ ਕਈ ਸਰੋਤਾਂ ਤੋਂ ਬਾਜੂ ਮੰਡਲ ਵਿੱਚ ਦਾਖਲ ਹੁੰਦਾ ਹੈ ਜਿਵੇਂ ਕਿ ਜਵਾਲਾਮੁਖੀ ਦਾ ਫਟਣਾ ਜਵਾਲਾਮੁਖੀ ਫਟਦਾ ਆ ਤਾਂ ਸਲਫਰ ਨਿਕਲਦੀ ਆ ਜੀ ਹਾਈਡਰੋਜਨ ਸਲਫਾਈਡ ਗੈਸ ਨਿਕਲਦੀ ਆ ਸਲਫਰ ਡਾਈਆਕਸਾਈਡ ਵੀ ਨਿਕਲਦੀ ਆ ਜੈਵਿਕ ਇੰਦਨਾ ਜਿਹੜਾ ਜਿਹਦਾ ਕੋਲਾ ਹੋ ਗਿਆ ਜਦੋਂ ਅਸੀਂ ਉਹਨੂੰ ਜਲਾਉਂਦੇ ਆ ਤਾਂ ਉਸ ਵੇਲੇ ਵੀ ਸਲਫਰ ਆਕਸੀਜਨ ਨਾਲ ਰਿਐਕਟ ਕਰਕੇ ਸਲਫਰ ਡਾਈਆਕਸਾਈਡ ਗੈਸ ਦੇ ਰੂਪ ਵਿੱਚ ਬਾਹਰ ਆਂਦਾ ਹੈ ਜੀ ਅਤੇ ਸਮੁੰਦਰ ਦੀ ਸਤ੍ਹਾ ਤੋਂ ਵੀ ਇਹ ਹੌਲੀ-ਹੌਲੀ ਤੇ ਅੰਦਰ ਜੀ ਥੱਲੇ ਸਲਫਰ ਦਾ ਕੋਈ ਨਾ ਕੋਈ ਕੰਪਾਊਂਡ ਬਣਦਾ ਤੇ ਸਮੁੰਦਰ ਦੀ ਸਤ੍ਹਾ ਤੋਂ ਵੀ ਸਲਫਰ ਬਾਹਰ ਆਂਦਾ ਬਾਜੂ ਮੰਡਲ ਵਿੱਚ ਜਿਹੜੀ ਇਹ ਹਾਈਡਰੋਜਨ ਸਲਫਾਈਡ ਆ ਉਹ ਵੀ ਸਲਫਰ ਡਾਈਆਕਸਾਈਡ ਵਿੱਚ ਆਕਸੀਡਾਈਜ਼ ਹੋ ਜਾਂਦੀ ਆ ਇੱਥੋਂ ਪੜੀਏ ਜੀ ਆਪਾਂ ਇਹਦਾ ਪਹਿਲਾ ਫੋਟੋ ਦੇਖ ਲਈਏ ਆ ਦੇਖੋ ਥੱਲੇੋਂ ਸਲਫਰ ਜਵਾਲਾਮੁਖੀ ਵਗੈਰਾ ਦੇ ਫਟਣ ਨਾਲ ਇੱਥੋਂ ਹਾਈਡਰੋਜਨ ਸਲਫਾਈਡ ਦੇ ਰੂਪ ਵਿੱਚ ਬਾਹਰ ਆ ਗਿਆ ਸਲਫਰ ਡਾਈਆਕਸਾਈਡ ਦੇ ਰੂਪ ਵਿੱਚ ਬਾਹਰ ਆ ਗਿਆ ਹਾਈਡਰੋਜਨ ਸਲਫਾਈਡ ਐਟਮੋਸਫੇਅਰ ਵਿੱਚ ਆਕਸੀਜਨ ਨਾਲ ਮਿਲ ਕੇ ਇਹ ਵੀ SO2 ਬਣਾ ਦਿੰਦੀ ਹੈ ਜੀ ਓਕੇ ਜੀ ਫਿਰ ਕੀ ਹੁੰਦਾ ਕਿ ਜਦੋਂ ਮੀਂਹ ਪੈਂਦਾ ਨਾ ਤੇ ਮੀਂਹ ਦੇ ਨਾਲ ਮਿਲ ਕੇ ਇਹ ਸਲਫਰ ਦਾ ਆਕਸਾਈਡ ਸਲਫਿਊਰਿਕ ਐਸਿਡ ਬਣਾ ਦਿੰਦਾ ਤੇ ਸਲਫਿਊਰਿਕ ਐਸਿਡ ਦੇ ਰੂਪ ਵਿੱਚ ਸਲਫਰ ਥੱਲੇ ਆ ਜਾਂਦਾ ਠੀਕ ਹੈ ਜੀ ਕਈ ਵਾਰ ਮੀਂਹ ਦੇ ਨਾਲ ਨਹੀਂ ਵੀ ਖੁੱਲਦਾ ਵੈਸੇ ਵੀ ਇਹ ਧਰਤੀ ਤੇ ਆ ਜਾਂਦਾ ਜੀ ਧਰਤੀ ਤੇ ਜਮ ਜਾਂਦਾ ਹੌਲੀ ਹੌਲੀ ਮਿੱਟੀ ਵਿੱਚ ਚਲਾ ਜਾਂਦਾ ਜਾਂ ਉਪਰ ਨੂੰ ਇਹ ਪਾਣੀ ਵਿੱਚ ਚਲਾ ਗਿਆ ਜੀ ਪੌਦਿਆਂ ਵਿੱਚ ਸਲਫਰ ਆਇਆ ਤਾਂ ਜਦੋਂ ਇਹ ਮਰੇ ਇਹਨਾਂ ਦੇ ਵਿਗਟਨ ਦੁਆਰਾ ਵੀ ਉਹ ਥੱਲੇ ਚਲਾ ਗਿਆ ਜੀ ਮਿੱਟੀ 'ਚ ਆ ਗਿਆ ਪਾਣੀ 'ਚ ਚਲਾ ਗਿਆ ਸਲਫਰ ਜਾਂ ਪੌਦਿਆਂ ਦੇ ਜੜ੍ਹਾਂ ਨੇ ਖਾਦ ਦੇ ਰੂਪ ਵਿੱਚ ਮਿੱਟੀ ਤੋਂ ਸਲਫਰ ਲਿਆ ਇਸੇ ਪ੍ਰਕਾਰ ਐਨੀਮਲਸ ਆਨੀਮਲਸ ਨੇ ਪੌਦਿਆਂ ਨੂੰ ਖਾਧਾ ਉਹਨਾਂ ਵਿੱਚ ਵੀ ਸਲਫਰ ਆ ਗਿਆ ਜਾਂ ਐਨੀਮਲ ਜਦੋਂ ਮਰ ਗਏ ਉਹਨਾਂ ਦੀ ਬਾਡੀ ਦਾ ਵਿਗਟਨ ਹੋਇਆ ਉਹਨਾਂ ਵਿੱਚਲਾ ਸਲਫਰ ਮਿੱਟੀ ਵਿੱਚ ਚਲਾ ਗਿਆ ਠੀਕ ਤੇ ਥੱਲੇ ਜਿਹੜਾ ਫੋਸਲ ਫਿਊਲ ਆ ਸਾਡੇ ਕੋਲੇ ਵਗੈਰਾ ਆ ਉਹਨਾਂ ਵਿੱਚ ਵੀ ਸਲਫਰ ਆ ਤੇ ਇਹਨਾਂ ਕੋਲੇ ਨੂੰ ਜਦੋਂ ਅਸੀਂ ਜਲਾਇਆ ਫੈਕਟਰੀ ਵਗੈਰਾ ਵਿੱਚ ਤਾਂ ਵੀ SO2 ਗੈਸ ਨਿਕਲੀ ਇਹ ਦੇਖੋ ਸਾਰਾ ਇੱਕ ਆਪਣੇ ਆਪ ਵਿੱਚ ਇੱਕ ਸਰਕਲ ਚੱਲਦਾ ਪਿਆ ਜੀ ਬਸ ਉਹਨਾਂ ਸੀ ਇਸ ਨੂੰ ਹੀ ਥੋੜਾ ਥੋੜਾ ਕਰਕੇ ਪੜ ਲੈਣਾ ਦੇਖੋ ਮੀਦੇ ਪਾਣੀ ਵਿੱਚ ਬੀਕ ਸਲਫਿਉਰਿਕ ਐਸਿਡ ਦੇ ਰੂਪ ਵਿੱਚ ਘੁਲਣ ਤੋਂ ਬਾਅਦ ਇਹ ਸਲਫਰ ਡਾਈਆਕਸਾਈਡ ਧਰਤੀ ਉੱਤੇ ਵਾਪਸ ਆ ਜਾਂਦਾ ਹੈ ਪਾਣੀ ਨਾਲ ਘੁਲ ਕੇ ਵਾਪਸ ਆ ਗਿਆ ਜੀ ਧਰਤੀ ਦੀ ਸਤ੍ਹਾ ਤੇ ਮਿੱਟੀ ਵਾਲੀ ਗੰਧਕ ਨੂੰ ਜਿਹੜੀ ਗੰਧਕ ਜਿਹੜਾ ਸਲਫਰ ਮਿੱਟੀ ਵਿੱਚ ਘੁਲ ਗਿਆ ਸੀ ਉਹ ਪੌਦਿਆਂ ਦੁਆਰਾ ਸਲਫੇਟ ਦੇ ਰੂਪ ਵਿੱਚ ਲਿਆ ਜਾਂਦਾ ਹੈ ਪੌਦੇ ਉਹਨੂੰ ਆਪਣੀ ਜੜ੍ਹਾਂਾਂਹੀਂ ਸੋਖ ਲੈਂਦੇ ਆ ਇਹ ਸਲਫੇਟ ਪਾਚਕ ਪ੍ਰਕਿਰਿਆਵਾਂ ਦੀ ਇੱਕ ਲੜੀ ਰਾਹੀਂ ਸਲਫਰ ਵਾਲੇ ਅਮਾਈਨੋ ਐਸਿਡ ਵਿੱਚ ਬਦਲ ਜਾਂਦੇ ਹਨ ਪੌਦੇ ਵਿੱਚ ਇਹ ਸਲਫਰ ਜਾ ਸਲਫੇਟ ਅਮਾਈਨੋ ਐਸਿਡ ਵਿੱਚ ਬਦਲ ਜਾਂਦੇ ਹਨ ਸਲਫਰ ਵਾਲੇ ਅਮਾਈਨੋ ਐਸਿਡ ਵਿੱਚ ਅਸੀਂ ਪਹਿਲਾਂ ਪੜਿਆ ਅਮਾਈਨੋ ਐਸਿਡ ਕੀ ਕਰਦਾ ਜੀ ਪ੍ਰੋਟੀਨ ਬਣਾਉਂਦਾ ਇਹ ਅਮਾਈਨੋ ਐਸਿਡ ਆਟੋਟ੍ਰੋਫ ਟਿਸ਼ੂਆਂ ਦੇ ਪ੍ਰੋਟੀਨ ਵਿੱਚ ਸ਼ਾਮਲ ਹੁੰਦੇ ਹਨ ਫਿਰ ਪੁੱਤੇ ਆਟੋਟ੍ਰੋਫ ਕੀ ਹੁੰਦਾ ਜੀ ਜਿਹੜਾ ਆਪਣਾ ਭੋਜਨ ਆਪ ਬਣਾਉਂਦੇ ਆ ਸਿੰਪਲੀ ਅਸੀਂ ਕਹਿ ਲਈਏ ਕਿ ਸਲਫਰ ਜਦੋਂ ਪੌਦਿਆਂ ਅੰਦਰ ਗਿਆ ਤੇ ਉਹਦਾ ਪ੍ਰੋਟੀਨ ਬਣ ਗਿਆ ਜੀ ਇਹ ਫਿਰ ਚਰਾਉਣ ਵਾਲੀ ਭੋਜਨ ਲੜੀ ਰਾਹੀਂ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਜਾਂਦਾ ਹੈ ਠੀਕ ਹੈ ਨਾ ਪੌਦੇ ਨੂੰ ਖਾਤਾ ਹਰਬੀਵੋਰਸ ਨੇ ਹਰਬੀਵੋਰਸ ਨੂੰ ਖਾਤਾ ਪ੍ਰਾਇਮਰੀ ਕੰਜ਼ਿਊਮਰ ਨੇ ਉਹਨਾਂ ਨੂੰ ਖਾਤਾ ਸੈਕੰਡਰੀ ਕੰਜ਼ਿਊਮਰ ਨੇ ਇਸ ਤਰ੍ਹਾਂ ਭੋਜਨ ਲੜੀ ਵਿੱਚ ਸਲਫਰ ਆ ਜਾਂਦਾ ਜੀਵਤ ਜੀਵਾ ਵਿੱਚ ਜਾਂ ਸਿੰਪਲੀ ਆਰਗਨਿਜ਼ਮ ਵਿੱਚ ਪਾਇਆ ਜਾਣ ਵਾਲਾ ਗੰਧਕ ਸਾਡੇ ਐਨੀਮਲਸ ਐਨੀਮਲਸ ਵਿੱਚ ਇਨਸਾਨ ਵਿੱਚ ਜਿਹੜਾ ਸਲਫਰ ਪਾਇਆ ਜਾਂਦਾ ਆ ਤੇ ਜਦੋਂ ਇਹ ਮਰ ਜਾਂਦਾ ਆ ਮਰ ਜਾਂਦੇ ਐਨੀਮਲਸ ਜਾਂ ਇਨਸਾਨ ਤਾਂ ਉਹਨਾਂ ਵਿੱਚਲਾ ਗੰਧਕ ਆ ਜਿਹੜਾ ਸਲਫਰ ਆ ਜਿਹੜਾ ਉਹ ਉਹਨਾਂ ਦੀ ਬਾਡੀ ਦਾ ਜਦੋਂ ਵਿਗਟਨ ਹੁੰਦਾ ਆ ਤਾਂ ਗੰਧਕ ਦੁਆਰਾ ਸਲਫਰ ਦੁਆਰਾ ਸਿਸਟਮ ਵਿੱਚ ਆ ਜਾਂਦਾ ਹੈ ਮਰੇ ਹੋਏ ਜੈਵਿਕ ਪਦਾਰਥਾਂ ਦੇ ਨਿਕਾਸ ਰਾਹੀਂ ਜਾਂ ਮਲ ਮੂਤਰ ਰਾਹੀਂ ਵੀ ਬਾਹਰ ਆ ਜਾਂਦਾ ਜੀ ਤੇ ਉਹਨਾਂ ਦੀ ਬਾਡੀ ਦੇ ਸੜਨ ਦੁਆਰਾ ਵੀ ਮਿੱਟੀ ਵਿੱਚ ਚਲਾ ਜਾਂਦਾ ਹੈ ਮਿੱਟੀ ਵਿੱਚ ਚਲਾ ਗਿਆ ਜਾਂ ਪਾਣੀ ਵਿੱਚ ਤਲਾਬਾਂ ਵਿੱਚ ਛੀਲਾਂ ਵਿੱਚ ਅਤੇ ਸਮੁੰਦਰ ਆਦਿ ਦੇ ਤਲ ਤੱਕ ਵਾਪਸ ਪਹੁੰਚ ਜਾਂਦਾ ਹੈ ਠੀਕ ਹੈ ਜੀ ਇੱਕ ਹੀ ਫੇਰ ਸਰਕਲ ਇੱਕ ਚੱਕਰ ਦੇ ਇੱਕ ਕੰਪਲੀਟ ਹੋ ਗਿਆ ਅਸੀਂ ਹੁਣ ਇਥੇ ਨਾ ਕਾਫੀ ਬਾਇਓ ਜੀਓ ਕੈਮੀਕਲ ਕੁਝ ਪੜੇ ਆ ਸਰਕਲ ਤਾਂ ਬਹੁਤ ਆ ਚੱਕਰ ਤਾਂ ਬਹੁਤ ਆ ਆਪਾਂ ਮੇਨ ਮੇਨ ਤਿੰਨ ਚਾਰ ਇੰਪੋਰਟੈਂਟ ਇੰਪੋਰਟੈਂਟ ਪੜ ਲਏ ਤੇ ਆਮ ਤੌਰ ਤੇ ਇਹ ਚੱਕਰ ਆ ਜਿਹੜੇ ਉਹ ਇੰਡੀਪੈਂਡੈਂਟ ਸੁਤੰਤਰ ਰੂਪ ਚ ਕੰਮ ਨਹੀਂ ਕਰਦੇ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਆ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹਨ ਓਕੇ ਇਹ ਗੱਲਾਂ ਨੂੰ ਤੁਸੀਂ ਸਮਝ ਲੈਣਾ ਜੀ ਇਹ ਥੋੜਾ ਔਖੇ ਆ ਸਾਈਕਲ ਪਰ ਮੋਟਾ-ਮੋਟਾ ਤੁਸੀਂ ਨਾ ਇੱਕ ਚੀਜ਼ ਸਮਝ ਲੈਣੀ ਆ ਕਿ ਇਸ ਤਰ੍ਹਾਂ ਚੱਟਾਂ ਦਾ ਰਾਹੀਂ ਆਉਂਦੇ ਆ ਹਵਾ 'ਚ ਜਾਂਦੇ ਆ ਧਰਤੀ 'ਤੇ ਆਉਂਦੇ ਆ ਸਾਡੇ ਸਰੀਰ 'ਚ ਆਉਂਦੇ ਆ ਜਾਂ ਪੌਦਿਆਂ ਵਿੱਚ ਜਾਂਦੇ ਆ ਤਾਂ ਫਿਰ ਬਾਅਦ ਵਿੱਚ ਮਿੱਟੀ ਵਿੱਚ ਪਾਣੀ ਵਿੱਚ ਚਲੇ ਜਾਂਦੇ ਆ ਇਹ ਮੇਨ ਮੇਨ ਸਰਕਲ ਤੁਹਾਨੂੰ ਸਾਈਕਲ ਕਲੀਅਰ ਹੋਣਾ ਚਾਹੀਦੇ ਆ ਜਿਆਦਾ ਆਪਾਂ ਡੀਪ ਨਹੀਂ ਜਾਣਾ ਤੁਸੀਂ ਨੌਨ ਸਾਇੰਸ ਵਾਲੇ ਬੱਚੇ ਕਨਫਿਊਜ਼ ਹੋ ਸਕਦੇ ਆ ਥੋੜਾ ਪਰ ਕੋਈ ਵੀ ਟੌਪਿਕ ਆ ਅਸੀਂ ਬਿਲਕੁਲ ਵੀ ਨਹੀਂ ਛੱਡਣਾ ਬਿਲਕੁਲ ਵੀ ਨਹੀਂ ਛੱਡਣਾ ਕਾਮਨ ਅੰਡਰਸਟੈਂਡਿੰਗ ਵਿੱਚ ਜੋ ਗੱਲਾਂ ਮੰਨ ਚ ਪੈਂਦੀਆਂ ਆ ਉਹ ਜ਼ਰੂਰ ਪਾ ਲੈਣੀਆਂ ਜੀ ओके okay जी ਇਸ ਤੋਂ ਅਗੇ ਨੈਕਸਟ ਕਲਾਸ ਵਿੱਚ ਪੜਦੇ ਆਂ ਅੱਜ ਲਈ ਇੰਨਾ ਹੀ ਰੱਖਦੇ ਆਂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ